ਸਿਮਰ ਤੁਹਾਨੂੰ ਕੋਈ ਨੂਰ ਜਹਾਂ ਜੀ ਦਾ ਆਉਂਦਾ ਗਾਣਾ ਕੋਈ? ਹਾਂਜੀ ਸਰ। ਚੰਗੀ ਤਰ੍ਹਾਂ ਆਉਂਦਾ? ਹਾਂਜੀ। ਪੱਕਾ? ਹਾਂਜੀ। ਚਲੋ ਜਿਹੜਾ ਚੰਗੀ ਤਰ੍ਹਾਂ ਆਉਂਦਾ ਫਿਰ ਇਹੀ ਸੁਣਾ ਦਿਓ। ਠੀਕ ਹੈ, ਗੁੱਡ ਲੱਕ ਬੇਟਾ। ਮਿਰਚੀ ਸਿਮਰਨ, ਮੇਰੇ ਰੌਂਗਟੇ ਖੜੇ ਹੋ ਗਏ। ਕਿਆ ਗਾਇਆ ਤੁਸੀਂ,
ਓ ਦੇਖੋ ਜੀ ਇਹ ਐਂਡ ਹੋ ਗਿਆ ਅੱਜ ਕਮਾਲ ਹੋ ਗਿਆ ਅੱਜ ਕਮਾਲ ਹੁਣ ਕੀ ਕਹੀਏ ਅਸੀਂ ਭਾਜੀ ਇਸ ਤੋਂ ਉੱਪਰ ਕੁਝ ਹੋ ਨਹੀਂ ਸਕਦਾ ਐਂਡ ਕਰਤਾ ਤੂੰ ਕੁੜੀਏ ਹੁਣ ਉਧਰ ਆਈਏ ਇੱਧਰ ਬੈਠੀਏ ਸਮਝ ਨਹੀਂ ਲੱਗਦੀ ਗੱਲ ਮੈਂ ਗੱਲ ਕਹਿਣੀ ਚਾਹਾਂਗਾ ਕਿ ਕਿੱਟੂ ਭਾਜੀ ਇੱਦਾਂ ਦਾ ਗਾਣਾ ਕਈ ਵਾਰੀ ਸਿੱਖੇ ਤੇ ਵੀ ਨਹੀਂ ਆਉਂਦਾ ਬੇਟਾ ਮੈਂ ਤਾਂ ਸਾਰੀ ਜ਼ਿੰਦਗੀ ਸਿੱਖਦਾ ਰਹਿੰਦਾ ਇੱਦਾਂ ਦਾ ਗਾਣਾ ਆਦਮੀ ਨਹੀਂ ਗਾ ਸਕਦਾ ਜਿੰਨਾ ਵਧੀਆ ਬੇਟਾ ਤੁਸੀਂ ਗਾਇਆ ਇਹ ਵਾਕਈ ਗੱਲ ਸਹੀ ਹੈ ਕਿ ਇਹ ਮੁਸ਼ਕਿਲ ਕੰਪੋਜੀਸ਼ਨਸ ਨੇ ਔਰ ਇਹਨਾਂ ਨੂੰ ਗਾਉਣਾ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਇੱਕ ਜੰਗ ਜਿੱਤਣ ਵਾਲਾ ਮਸਲਾ ਹੁੰਦਾ ਲੇਕਿਨ ਇਹਦੇ ਵਿੱਚ ਇਹ ਮੇਰੀ ਸਾਰੀ ਟੀਮ ਦਾ ਐਡਾ ਵੱਡਾ ਹੱਥ ਹੈ ਕਿ ਬੱਚੇ ਦੀ ਇੱਕ ਇੱਕ ਚੀਜ਼ ਜਦ ਤੱਕ ਕਰੈਕਟ ਨਹੀਂ ਨਾ ਹੁੰਦੀ ਮੈਨੂੰ ਵੀ ਕਈ ਵਾਰੀ ਕਹਿ ਦਿੰਦਾ ਨਹੀਂ ਭਾਜੀ ਮਜ਼ਾ ਨਹੀਂ ਆਇਆ ਦੁਬਾਰਾ ਇੱਕ ਵਾਰੀ ਹੋਰ ਕਰ ਲਈਏ ਦੁਬਾਰਾ ਮਤਲਬ ਇੱਕ ਵਾਰੀ ਹੋਰ ਤਾਰੀਫ ਬੇਟ ਲੋਕ ਨੇ ਸਾਰੇ ਬੱਚਿਆਂ ਨਾਲ ਬਹੁਤ ਪਿਆਰ ਕਰਦੇ ਬਹੁਤ ਅੱਛੇ ਬੇਟਾ ਬਸ ਬਟ ਇਹ ਤਾਰੀਫ ਜਿਹੜੀ ਹੈ ਨਾ ਇੱਥੇ ਨਹੀਂ ਆਉਣੀ ਚਾਹੀਦੀ ਠੀਕ ਹੈ ਹਾਂ ਖੁਸ਼ ਰਹੋ ਅਮੇਜ਼ਿੰਗ ਜ਼ੋਰਦਾਰ ਤਾੜੀਆਂ ਜੀ ਸਾਡੀ ਮਿਰਚੀ ਸਿਮਰਨ ਵਾਸਤੇ